ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਹੁਣ ਤਕਰੀਬਨ ਹੀ ਆਪਣਾ ਮੌਸਮ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਜਿਹੜੀ ਆਪਣੀ ਕਣਕ ਵੀ ਪਹਿਲਾਂ ਬੂਟਿੰਗ ਸਟੇਜ ਤੇ ਉਸ ਤੋਂ ਬਾਅਦ ਆਪਣੇ ਹੈਡਿੰਗ ਸਟੇਜ ਤੋਂ ਬਾਅਦ ਫਲਾਰੀ ਸਟੇਜ ਵੱਲ ਵਧਣਾ ਸ਼ੁਰੂ ਹੋ ਜਾਂਦੀ ਏ ਇਹ ਆਪਣੀ ਕਣਕ ਦੀ ਬੂਟਿੰਗ ਸਟੇਜ ਹੁੰਦੀ ਏ ਜਦੋਂ ਆਪਣੀ ਬੱਲੀ ਝੰਡੇ ਪੱਤੇ ਦੇ ਅੰਦਰ ਹੁੰਦੀ ਏ ਆਪਣਾ ਫਲੈਗ ਲੀਫ ਤੇ ਇੱਥੋਂ ਤੱਕ ਆਪਣੀ ਬੂਟਿੰਗ ਸਟੇਜ ਹੁੰਦੀ ਏ ਤੇ ਇਸ ਤੋਂ ਬਾਅਦ ਜਦੋਂ ਆਪਣੀ ਬੱਲੀ ਇਸ ਤਰ੍ਹਾਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੀ ਏ ਇਹਨੂੰ ਆਪਾਂ ਹੈਡਗੇਸਟ ਸ਼ੁਰੂ ਕਰਾ ਕਹਿ ਦਿੰਦੇ ਆ ਜਿਵੇਂ ਹੁਣ ਆ ਬੱਲੀ ਬਾਹਰ ਨਿਕਲ ਚੁੱਕੀ ਹੈ ਤੇ ਇਹ ਆਪਣੀ ਹੈਡਿੰਗ ਸਟੇਜ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਬਾਅਦ ਫਲਾਰੀਂ ਸਟੇਜ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਣਕ ਦੇ ਵਿੱਚ ਦੁੱਧਾ ਭਰਨਾ ਸ਼ੁਰੂ ਹੋ ਜਾਂਦਾ ਤੇ ਫਿਰ ਆਪਣੇ ਕਣਕ ਪੱਕਣ ਵੱਲ ਇਹ ਚਲੀ ਜਾਂਦੀ ਹੈ ਤੇ ਅੱਜ ਆਪਾਂ ਇਸ ਬਾਰੇ ਵੀ ਕਿਉਂਕਿ ਹੁਣ ਗਾ ਮੌਸਮ ਚੇਂਜ ਹੋਣ ਜਾਣ ਜਾ ਰਿਹਾ ਤੇ ਜਿਹੜਾ ਹੁਣ ਆਪਣੇ ਦਾਣੇ ਬਰੀਕ ਨਾ ਪੈਣ ਤੇ दाणे ਦਾ আকার ਵਧੀਆ दाणे ਮੋਟੇ ਤੇ ਚਮਕਦਾਰ ਹੋਣ ਇਸ ਵਾਸਤੇ ਆਪਾਂ ਜੇਕਰ ਆਪਾਂ ਦੋ ਸਪਰੇ ਹਾਂ ਜਿਵੇਂ ਆਪਣੇ ਹਲਕੇ ਜਾਂ ਰੇਤਲੇ ਬਾਣ ਨੇ ਉਥੇ ਆਪਾਂ ਜੇਕਰ ਦੋ ਸਪਰੇ ਹਾਂ ਕਰਦੇ ਹਾਂ ਸਹੀ ਸਮੇਂ ਤੇ ਜਿਹੜੀ ਸਹੀ ਕਣਕ ਦੀ ਸਟੇਜ ਤੇ ਤਾਂ ਆਪਣਾ ਝਾੜ ਆਪਾਂ ਦੇਖਣ ਨੂੰ ਬਹੁਤ ਵਧੀਆ ਮਿਲਦਾ ਹੈ ਕਿਉਂਕਿ ਆਪਕਸਰੀ ਦੇਖਦੇ ਆਂ ਕਿ ਜਿਹੜੇ ਜਿਹੇ ਹਲਕੇ ਜਾਂ ਰੇਤਲੇ ਬਾਣ ਨੇ ਜੇਕਰ ਉਥੇ ਗਰਮੀ ਅਗੇਤੀ ਪੈਣ ਲੱਗ ਪੈਂਦੀ ਤੇ ਉਹ ਝਾੜ ਜ਼ਿਆਦਾ ਘਟਾ ਜਾਂਦੀਆਂ ਨੇ ਤੇ ਇਸ ਦੇ ਦਾਵਾ ਜਿਵੇਂ ਆਪਣੀਆਂ ਜ਼ਮੀਨਾਂ ਪਹਾੜੀਆਂ ਨੇ ਡਾਕਰ ਜ਼ਮੀਨਾਂ ਨੇ ਕਿਉਂਕਿ ਉਹਨਾਂ ਦੀ ਤਸਵੀਰ ਠੰਡੀ ਹੁੰਦੀ ਏ ਤੇ ਉਨਾ ਦੇ ਵਿੱਚ ਕੋਈ ਬਹੁਤਾ ਛਾੜ ਚਾੜ ਤੇ ਫਰਕ ਨਹੀਂ ਪੈਂਦਾ ਜੇਕਰ ਉੱਥੇ ਵੀ ਗਰਮੀ ਪੈਂਦੀ ਤਾਂ ਆਪਾਂ ਇੱਕ ਸਪਰੇ ਵੀ ਕਰਦੇ ਆ ਤੇ ਆਪਣਾ ਝਾੜ ਦੇ ਵਿੱਚ ਵੇਖਣ ਨੂੰ ਵਧੀਆ ਮਿਲਦਾ। ਭਾਵੇਂ ਕਿ ਆਪਾਂ ਸਾਰਾ ਜਿਹੜਾ ਝਾੜ ਆਪਣਾ ਮੌਸਮ ਤੇ ਡਿਪੈਂਡ ਹੁੰਦਾ ਪਰ ਕੁਝ ਕੋ ਪਰਸੈਂਟ ਜੇਕਰ ਆਪਾਂ ਹੱਥੀ ਮਿਹਨਤ ਕਰਦੇ ਆ ਤਾਂ ਕੁਝ ਕੋ ਪਰਸੈਂਟ ਆਪਣਾ ਝਾੜ ਵਿੱਚ ਦੂਜੀ ਫਸਲ ਦੇ ਨਾਲੋਂ ਆਪਾਂ ਨੂੰ ਝਾੜ ਵੱਧ ਮਿਲਦਾ। ਬਾਕੀ ਸਾਰਾ ਝਾੜ ਮੌਸਮ ਤੇ ਆ ਤੇ ਕਿਹੜੀ ਕਿਹੜੀ ਸਟੇਜ ਤੇ ਆਪਾਂ ਚੰਗੇ ਝਾੜ ਵਾਸਤੇ ਗਰਮੀ ਵਿੱਚ ਦਾਣਾ ਬਰੀਕ ਨਾ ਪਵੇ। ਤੇ ਆਪਾਂ ਵਧੀਆ ਝਾੜ ਦੇ ਲਈ ਆਪਾਂ ਸਪਰੇ ਕਿਹੜੀ ਕਿਹੜੀ ਸਟੇਜ ਤੇ ਕਰਨੀ ਆ ਅੱਜ ਤੁਹਾਨੂੰ ਆਪਣੇ ਕਣਕ ਦੇ ਵਿੱਚ ਦਿਖਾਉਣੇ ਆ ਵੱਖ-ਵੱਖ ਸਟੇਜ ਦੇ ਹਿਸਾਬ ਦੇ ਨਾਲ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਇਸ ਸਮੇਂ ਜਿਹੜੀ ਆਪਣੀ ਹੁਣ ਸਭ ਤੋਂ ਜਿਹੜੀ ਵੱਧ ਜ਼ਰੂਰਤ ਹੁੰਦੀ ਹੈ ਕਣਕ ਦੇ ਵਿੱਚ ਪੋਟਾਸ਼ ਕਿਉਂਕਿ ਜਦੋਂ ਪੋਟਾਸ਼ ਤਾਤੇ ਇਹ ਕਣਕ ਦੇ ਵਿੱਚ ਜਿੰਨਾ ਵੀ ਬੂਟੇ ਨੇ ਹੁਣ ਖਰਾਕ ਬਣਾਈ ਆਪਣੇ ਪੱਤਿਆਂ ਦੇ ਵਿੱਚ ਸਟੋਰ ਹੈ ਜਾਂ ਆਪਣੇ ਜ ਆਪਣੇ ਜ ਤਣੇ ਦੇ ਵਿੱਚ ਸਟੋਰ ਹੈ ਉਹਨੇ ਸਾਰੀ ਦੀ ਸਾਰੀ ਖਰਾਕ ਹੁਣ ਦਾਣੇ ਵਿੱਚ ਭਰਨ ਦੇ ਵਿੱਚ ਲੈ ਕੇ ਜਾਣੀਏ ਤੇ ਜੇਕਰ ਆਪਣੇ ਪਟਾਸ਼ ਦੇ ਵਿੱਚ ਘਾਟ ਘਾਟ ਆਉਂਦੀ ਹੈ ਆਪਣੀ ਫਸਲ ਦੇ ਵਿੱਚ ਤੇ ਜਿਹੜਾ ਆਪਣਾ ਦਾਣਾ ਬਰੀਕ ਪਵੇਗਾ ਦਾਣਾ ਪੂਰਾ ਚਮਕਦਾਰ ਨਹੀਂ ਹੋਵੇਗਾ ਤੇ ਇਸ ਲਈ ਹੁਣ ਆਪਾਂ ਜੇਕਰ ਇਸ ਸਮੇ ਪਟਾਸ਼ ਤਾਂ ਦੇਨੇ ਉਹ ਆਪਾਂ ਨੂੰ ਬਿਮਾਰੀਆਂ ਤੋਂ ਵੀ ਕਣਕ ਨੂੰ ਬਚਾਉਂਦਾ ਤੇ ਜਿਹੜੀ ਆਪਣੀ ਕਣਕ ਦੇ ਵਿੱਚ ਦਾਣੇ ਭਰਨ ਦੀ ਪ੍ਰਕਿਰਿਆ ਵੀ ਤੇਜ਼ ਕਰਦਾ ਤੇ ਨਾਲ ਜਿਹੜਾ ਆਪਣਾ ਦਾਣਾ ਚਮਕਦਾਰ ਤੇ ਜਿਹੜਾ ਆਪਣਾ ਗਰਮੀ ਦਾ ਸਟ੍ਰੈਸ ਜਿੱਥੇ ਆਪਣੀਆਂ ਹਲਕੀਆਂ ਜਾਂ ਰੇਤਲੇ ਵਾਹ ਨੇ ਥੋੜੇ ਮਾੜੇ ਵਾਹ ਨੇ ਉੱਥੇ ਆਪਾਂ ਨੂੰ ਦੋ ਸਪਰੇਹਾਂ ਲਾਜ਼ਮੀ ਕਰਨੀ ਚਾਹੀਦੀਆਂ ਨੇ ਵੱਖ-ਵੱਖ ਸਟੇਜਾਂ ਦੇ ਹਿਸਾਬ ਦੇ ਨਾਲ ਅਜਾ ਪਤਾ ਨੂੰ ਦਿਖਾਉਣੇ ਕਣਕ ਦੇ ਵਿੱਚ ਵੀ ਕਿਹੜੀ ਸਟੇਜ ਤੇ ਆਪਾਂ ਨੂੰ ਇਹ ਸਪਰੇਅ ਕਰਨੀ ਚਾਹੀਦੀ ਤੇ ਦੂਜੀ ਸਪਰੇਅ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਜੇਕਰ ਆਪਾਂ ਇੱਕ ਸਪਰੇਅ ਕਰਦੇ ਆਂ ਜਿਵੇਂ ਆਪਣੇ ਭਾਰਤ ਦੇ ਬਿਨਾਂ ਦੇ ਵਿੱਚ ਇੱਕ ਸਪਰੇਅ ਨਾਲ ਆਪਣਾ ਕੰਮ ਸਾਰ ਸਕਦਾ ਚਲੋ ਇੱਕ ਸਪਰੇਅ ਨਾਲ ਵੀ ਆਪਣਾ ਬਹੁਤ ਵਧੀਆ ਰਿਜ਼ਲਟ ਮਿਲ ਸਕਦਾ ਬਾਕੀ ਜਿਹੜੇ ਹਲਕੇ ਜਾਂ ਰੇਤਲੇ ਵਾਣ ਨੇ ਕਿਉਂਕਿ ਉੱਥੇ ਜਿਆਦਾ ਪੌਸ਼ਕ ਤੱਤਾਂ ਦੀ ਘਾਟ ਵੀ ਜਿਆਦਾ ਆਉਂਦੀ ਏ ਕੋਈ ਜ਼ਮੀਨ ਵੀ ਹਲਕੀ ਹੋਣ ਦੇ ਕਾਰਨ ਜਿਆਦਾ ਸੋਕਾ ਮਣਾਉਂਦੀ ਏ ਤੇ ਜਿਆਦਾ ਸਟ੍ਰੈਸ ਦੇ ਵਿੱਚ ਆਉਂਦੀ ਏ ਤੇ ਜਿਹੜੀ ਆਪਾਂ ਇੱਕ ਮੇਨ ਗੱਲ ਵੀ ਜਦੋਂ ਹੁਣ ਆਪਣ ਬੂਟਿੰਗ ਸਟੇਜ ਤੋਂ ਬਾਅਦ ਕਣਕ ਨਿਸਣਾ ਸ਼ੁਰੂ ਹੋ ਜਾਂਦੀ ਹੈ ਇੱਥੇ ਆਪਣੇ ਫਸਲ ਦੇ ਵਿੱਚ ਪਾਣੀ ਦਾ ਸੋਕਾ ਨਾ ਲਵਾਓ ਕਿਉਂਕਿ ਇਸ ਸਮੇਂ ਜੇਕਰ ਆਪ ਪਾਣੀ ਦਾ ਸੋਕਾ ਲਵਾਉਣਿਆ ਤੇ ਆਪਣੇ ਕਣਕ ਦੇ ਝਾੜ ਤੇ ਵੀ ਫਰਕ ਪੈਂਦਾ ਤੇ ਇਸ ਸਟੇਜ ਤੇ ਅਣਕੇ ਆਪਾਂ ਨੂੰ ਪਾਣੀ ਦਾ ਸੋਕਾ ਨਹੀਂ ਲਵਾਉਣਾ ਚਾਹੀਦਾ ਕਿਉਂਕਿ ਜਦੋਂ ਆਪਣੇ ਕਣਕ ਨਿਸਣਾ ਸ਼ੁਰੂ ਹੋ ਜਾਂਦੀ ਹੈ ਉਦੋਂ ਤੋਂ ਆਪਣੇ ਪਾਣੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਜਿਵੇਂ ਆਪਾਂ ਦੇਖਦੇ ਜਿਹੜੇ ਹਲਕਿਆਂ ਦਾ ਰੇਤਲੇ ਵਾਣ ਜਦੋਂ ਆਪਣਾ ਗਰਮੀ ਪੈਂਦੀ ਤੇ ਜਿਹੜੇ ਕਣਕ ਕੇ ਕੋਈ 4-5 ਦਿਨ ਪੱਕਣ ਦੇ ਵਿੱਚ ਲੇਟ ਲੈਣਾ ਹੁੰਦੀ ਉਹ ਪਹਿਲਾਂ ਗੇਤੀ ਪੱਕ ਜਾਂਦੀ ਗਰਮੀ ਦੇ ਕਣਕ ਕਿਉਂਕਿ ਉਹ ਜਿਹੜੀ ਜ਼ਮੀਨ ਹੈ ਜਾਂ ਫਸਲ ਹੈ ਗਰਮੀ ਨੂੰ ਸਹਾਰਦੀ ਨਹੀਂ ਤੇ ਉੱਥੇ ਜੇਕਰ ਆਪਣੀਆਂ ਹਲ ਪਾ ਰੀਆਂ ਜ਼ਮੀਨਾਂ ਨੇ ਉਹ ਕੋਈ ਸਟ੍ਰੈਸ ਚੱਲ ਸਕਦੀਆਂ ਨਹੀਂ ਤੇ ਇਸ ਕਰਕੇ ਆਪਾਂ ਨੂੰ ਹਲਕੇ ਨਾਲ ਰੇਤਲੇ ਮਾਣ ਦੇ ਦੋ ਸਪਰੇਅ ਕਰਨੇ ਜ਼ਰੂਰੀ ਚਾਹੀਦੇ ਨੇ ਤੇ ਸਭ ਤੋਂ ਪਹਿਲਾਂ ਜੀ ਜਿਹੜਾ ਸਪਰੇਅ ਆਪਾਂ ਨੂੰ ਜਿਹੜਾ ਕਿ ਲੁਧਿਆਣਾ ਜੁਨੀਵਰਸਿਟੀ ਵੀ ਸਪਾਰਸ਼ ਕਰਦੀ ਹੈ ਜਦੋਂ ਆਪਣੀ ਕਣਕ ਗੋਭ ਦੇ ਵਿੱਚ ਹੁੰਦੀ ਹੈ ਜਦ ਆਪਣਾ ਗੋਭ ਵਾਲਾ ਪੱਤਾ ਨਿਕਲਦਾ ਜਿਹਨੂੰ ਆਪਾਂ ਫਲੈਗ ਲੀਫ ਕਹਿੰਦੇ ਆ ਇਹ ਆਪਣਾ ਗੋਵਾਲਾ ਪੱਤਾ ਹੈ ਇਸ ਪੱਤੇ ਦੇ ਨਿਕਲਣ ਤੋਂ ਲੈ ਕੇ ਤੇ ਜਦੋਂ ਤੱਕ ਆਪਣੀ ਜਿਹੜੀ ਬੱਲੀ ਬਾਹਰ ਦਿਸਣਾ ਨਹੀਂ ਸ਼ੁਰੂ ਹੁੰਦੀ ਐ ਸਟੇਜ ਤੱਕ ਜਦੋਂ ਤੱਕ ਆਪਾਂ ਜਿਵੇਂ ਆ ਆਪਣੀਆਂ ਬੱਲੀ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੀ ਐਸ ਤੱਕ ਆਪਾਂ ਜੇਕਰ ਇੱਕ ਸਪਰੇਆ ਆਪਾਂ 13045 ਦੀ ਆਪਾਂ ਕਰਦੇ ਆ ਤੇ ਆਪਣੇ ਕਣਕ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਸਟ੍ਰੈਸ ਦੇ ਕਾਰਨ ਦਾਣੇ ਬਰੀਕ ਪੈਣ ਦੀ ਸਮੱਸਿਆ ਬਹੁਤ ਘੱਟ ਆਉਂਦੀ ਇੱਕ ਸਪਰੇਆ ਆਪਾਂ ਐਸ ਸਮੇਂ ਕਰਨੀ ਹੁੰਦੀ ਐ ਜਦੋਂ ਆਪਣੀ ਬੱਲੀ ਬਾਹਰ ਨਿਕਲਣਾ ਯਾਨੀ ਕਿ ਫਿਲਹਾਲ ਫਲੈਗਲੀਫ ਬੜਾ ਨਿਕਲ ਬਾਹਰ ਨਿਕਲ ਤੋਂ ਲੈ ਕੇ ਜਿਵੇਂ ਮੰਨ ਕੇ ਚਲੋ ਆਹ ਫਲੈਗਲੀਫ ਆਹ ਫਲੈਗਲੀਫ ਆਪ ਆਪਣਾ ਬਾਹਰ ਨਿਕਲ ਚੁੱਕਿਆ ਇਸ ਤੋਂ ਲੈ ਕੇ ਤੇ ਜਦੋਂ ਤੱਕ ਆਪਣੀ ਬੱਲੀ ਬਾਹਰ ਨਹੀਂ ਆਉਂਦੀ ਇਸ ਤੱਕ ਇੱਥੋਂ ਤੱਕ ਆਪਾਂ ਉਦੋਂ ਤੱਕ ਆਪਾਂ ਇੱਕ ਸਪਰੇ 13045 ਦੀ ਕਰ ਸਕਦੇ ਆ ਤੇ ਜਿਹੜੇ ਇਸ ਤੋਂ ਬਾਅਦ ਜਦੋਂ ਆਪਣੀ ਬੱਲੀ ਬਾਹਰ ਨਿਕਲ ਆਉਂਦੀ ਹੈ ਹੈਡਿੰਗ ਸਟੇਜ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਦੂਜੀ ਸਪਰੇ ਆਪਾਂ ਕਰਨੀ ਹੁੰਦੀ ਜਦੋਂ ਆਪਣਾ ਕਣਕੇ ਦੇ ਵਿੱਚ ਬੂਰ ਪੈਂਦਾ ਜਾਂ ਆਪਣਾ ਦੁੱਧਾ ਪਰਨ ਸਮੇ ਕਿਉਂਕਿ ਜਿਹੜਾ ਆਪਣਾ ਤਾਮਨ ਵਧਣ ਦੇ ਕਾਰਨ ਆਪਣਾ ਜਿਹੜਾ ਦਾਣਾ ਬਰੀਕ ਨਾ ਪਵੇ ਉਸ ਤੋਂ ਗਰਮੀ ਤੋਂ ਬਚਾਉਣ ਦੇ ਲਈ ਜੇਕਰ ਆਪਾਂ 13045 ਦੀ ਇੱਕ ਸਪਰੇ ਇਸ ਸਮੇਂ ਕਰਦੇ ਆਂ ਜਦੋਂ ਆਪਣਾ ਬੱਲੀ ਨਿਕਲਣ ਤੋਂ ਪਹਿਲਾਂ ਯਾਨੀ ਕਿ ਇਹਨੇ ਸਾਰੇ ਤੋਂ ਪਹਿਲਾਂ ਐਸ ਸਟੇਜ ਤੱਕ ਆਪਣਾ ਕਰਦੇ ਆਂ ਤੇ ਜਦੋਂ ਆਪਣੀਆਂ ਪੈਪ ਜੀ ਪੂਰੀ ਫੁੱਲ ਜਾਂਦੀ ਏ ਤੇ ਫਲੈਗ ਲੀਫ ਤੋਂ ਲੈ ਕੇ ਜਿਵੇਂ ਆ ਆਪਣਾ ਫਲੈਗ ਲੀਫ ਜਿਵੇਂ ਜਿਹਨੂੰ ਆਪਾਂ ਗੋ ਵਾਲਾ ਪੱਤਾ ਵੀ ਕਹਿੰਦੇ ਆ ਇਹ ਪੱਤੇ ਨਿਕਲਣ ਤੋਂ ਲੈ ਕੇ ਤੇ ਆਹ ਸਟੇਜ ਤੱਕ ਆਪਾਂ ਕਰਦੇ ਆਂ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਮਿਲਦੇ ਨੇ ਤੇ ਜੇਕਰ ਭਾਰ ਜਵੀਨ ਦੇ ਵਿੱਚ ਆਪਾਂ ਇੱਕ ਸਪਰੇਅ ਕਰਨੀ ਆ ਤਾਂ ਆਪਾਂ ਜਦੋਂ ਆਪਣਾ ਕਣਕ ਦੇ ਵਿੱਚ ਦੁੱਧਾ ਭਰਦਾ ਫਲਾਵਰਿੰਗ ਸਟੇਜ ਹੁੰਦੀ ਏ ਬੂਰ ਪੈਂਦਾ ਉਦੋਂ ਵੀ ਆਪਾਂ ਕਰਦੇ ਆ ਤੇ ਆਪਾਂ ਨੂੰ ਜਿਹੜੇ ਗਰਮੀ ਦੇ ਸਟ्रेस ਤੋਂ ਕਾਫੀ ਹੱਦ ਤੱਕ ਬਚਾਉਂਦਾ ਤੇ ਇਸ ਤੋਂ ਬਾਅਦ ਜੇਕਰ ਆਪਾਂ ਬੋਰਨ ਤੱਤ ਦੀ ਪਾਉਣੇ ਜੇਕਰ ਆਪਣੇ ਬੋਰਨ ਤੱਤ ਦੀ ਵੀ ਘਾਟ ਆਪਣੇ ਫਸਲ ਦੇ ਵਿੱਚ ਆਉਂਦੀ ਏ ਤੇ ਉਹ ਵੀ ਆਪਣੇ ਦੇ ਨਾਲ ਝਾੜ ਦੇ ਵਿੱਚ ਬਲੀ ਦੇ ਵਿੱਚ ਦਾਣੇ ਘੱਟ ਬਣਦੇ ਨੇ ਕਿਉਂਕਿ ਜਦਾ ਬੋਰਨ ਤੱਤ ਤੇ ਇਹ ਆਪਣੇ ਜਿਹੜੇ ਪੋਲੀਨੇਸ਼ਨ ਦੀ ਪ੍ਰਕਿਰਿਆ ਹੋਣੀ ਹੁੰਦੀ ਹੈ पराਗਣ ਦੀ ਪ੍ਰਕਿਰਿਆ ਹੋਣੀ ਹੁੰਦੀ ਉਹਦੇ ਵਿੱਚ ਕਾफी ਮਦਦ ਕਰਦਾ ਤੇ ਜੇਕਰ ਆਪਣੇ ਫਸਲ ਦੇ ਵਿੱਚ ਘਾਟ ਆਉਂਦੀ ਤੇ ਜਿਹੜੇ ਆਪਣੀ ਦਾਣੇ ਵਿੱਚ ਬਲੀਆਂ ਵਿੱਚ ਦਾਣੇ ਬੰਨੇ ਹੁੰਦੇ ਨੇ ਉਹਦੇ ਵਿੱਚ ਫਿਰ ਆਪਣੇ ਦਾਣੇ ਘੱਟ ਬਣਦੇ ਜੇਕਰ ਉਹਦੀ ਘਾਟ ਆਉਂਦੀ ਹੈ ਤੇ ਇਹ ਵੀ ਆਪਾਂ ਤਕਰੀਬਨ ਆਪਾਂ ਜੇਕਰ 13045 ਸਪਰੇਅ ਕਰਦੇ ਆ ਤਾਂ ਆਪਾਂ 2 ਕਿਲੋ ਤੱਕ ਆਪਾਂ 100 ਡੇਟਰ ਪਾਣੀ ਦੇ ਪਿੱਛੇ ਕਰ ਸਕਦੇ ਆ ਤੇ ਇਸ ਵਿੱਚ ਜੇਕਰ ਬੋਰਨ ਤੱਤ ਪਾਉਣੇ ਆ ਤਾਂ ਤਕਰੀਬਨ 80 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਆਪਾਂ ਬੋਰਨ ਤੱਤ ਸਪਰੇਅ ਕਰ ਸਕਦੇ ਆ ਜਿਹੜੇ ਬੋਰਨ ਤੱਤ ਦੀ ਸਪਰੇਅ ਤਕਰੀਬਨ ਹੀ ਆਪਾਂ ਇਸ 스테ਜ ਤੱਕ ਕਰਨੀ ਹੁੰਦੀ ਏ ਜਦੋਂ ਆਪਣੇ ਨੇ ਸਾਰੇ ਤੋਂ ਪਹਿਲਾਂ ਪਹਿਲਾਂ ਜਦੋਂ ਇਸ 스테ਜ ਤੇ ਯਾਨੀ ਕਿ ਬੱਲੀ ਆਪਣੀ ਅਜੇ ਬਾਹਰ ਨਹੀਂ ਆਈ ਇਸ ਤੱਕ ਆਪਾਂ ਸਪਰੇਅ ਕਰ ਸਕਦੇ ਆ ਜਦੋਂ ਆਪਣੀ ਬੱਲੀ ਬਾਹਰ ਆ ਜਾਂਦੀ ਫਿਰ ਆਪਾਂ ਨੂੰ ਬੋਰਨ ਤੱਤ ਦੀ ਸਪਰੇਅ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਤਾਂ ਮੇਨ ਕੰਮ ਹੈ ਆਪਣਾ ਜਦੋਂ ਬੱਲੀ ਆਪਣੇ ਗੋਵ ਵਿੱਚ ਹੁੰਦੀ ਏ ਉਦੋਂ ਇਸ ਦਾ ਜ਼ਿਆਦਾ ਰਿਜ਼ਲਟ ਮਿਲਦਾ ਆਪਾਂ ਨੂੰ ਤੇ ਆਪਾਂ ਜਿਹੜੇ ਖੇਤਾਂ ਵਿੱਚ ਬੋਰਨ ਤੱਤ ਦੀ ਘਾਟੋਂ ਦੀ ਉੱਥੇ ਵੀ ਆਪਾਂ ਨੂੰ ਸਪਰੇਅ ਜ਼ਰੂਰ ਕਰਨੀ ਚਾਹੀਦੀ ਏ ਬਾਕੀ ਇੱਕ ਵਾਰ ਆ ਜਦ ਆਪਣਾ ਗੋਹ ਵਾਲਾ ਪੱਤਾ ਬਾਹਰ ਨਿਕਲ ਆਉਂਦਾ ਜਿਵੇਂ ਆਪਣਾ ਗੋਹ ਵਾਲਾ ਪੱਤਾ ਹੈ ਤੇ ਆਪਾਂ ਜਿਹਨੂੰ ਫਲੈਗ ਲੀਫ ਕਹਿੰਦੇ ਆ ਇਹ ਬਾਹਰ ਆ ਚੁੱਕਿਆ ਤੇ ਇਸ ਤੋਂ ਬਾਅਦ ਜਦੋਂ ਆਪਣੀ ਸਟੇਜ ਆਪਣੀਆਂ ਪੈਪ ਫੁੱਲੀ ਹੋ ਸ਼ੁਰੂ ਹੋ ਗਈ ਹੈ ਇਸ ਤੋਂ ਬਾਅਦ ਜਦੋਂ ਆਪਣੀ ਆ ਵਾਲੀ ਬੱਲੀ ਦੇਖੋ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੀ ਹੈ ਹਜੇ ਬੱਲੀ ਬਾਹਰ ਨਹੀਂ ਆਈ ਜਨੇ ਕੱਲੇ ਕਣਕ ਦੇ ਕਿਸੇਰ ਜੇ ਬਾਹਰ ਦਿਖ ਰਏ ਨੇ ਇੱਥੋਂ ਤੱਕ ਆਪਾਂ ਇੱਕ ਸਪਰੇ 13045 ਦੀ ਕਰ ਸਕਦੇ ਆ ਤੇ ਇਸ ਤੋਂ ਬਾਅਦ ਜਦੋਂ ਆਪਾਂ ਕਣਕ ਦੇ ਵਿੱਚ ਬੂਰ ਪੈਂਦਾ ਜਾਂ ਆਪਣਾ ਦੁੱਧਾ ਪਰਦਾ ਉਦੋਂ ਇਹਦੇ ਨਾਲ ਆਪਣੀ ਜਿਹੜਾ ਗਰਮੀ ਨਾਲ ਪ੍ਰਭਾਵ ਪੈਂਦਾ ਦਾਣੇ ਬਰੀਕ ਪੈਣ ਦੀ ਸਮੱਸਿਆ ਬਹੁਤ ਘੱਟ ਜਾਂਦੀ ਏ। ਬਾਕੀ ਝਾੜ ਆਪਣਾ ਮੌਸਮ ਤੇ ਬਹੁਤ ਡਿਪੈਂਡ ਕਰਦਾ ਜੇਕਰ ਮੌਸਮ ਵਧੀਆ ਅਨੁਕੂਲ ਏ। ਫਿਰ ਆਪਾਂ ਭਲਾ 13045 ਨਹੀਂ ਵੀ ਕਰਦੇ ਜਾਂ ਕੋਈ ਵੀ ਸਪਰੇਅ ਨਹੀਂ ਕਰਦੇ। ਫਿਰ ਆਪਣਾ ਝਾੜ ਬਹੁਤ ਵਧੀਆ ਬਾਕੀ ਪੋਸ਼ਕ ਤੱਤਾਂ ਦੀ ਪੂਰਤੀ ਕਰਨੀ ਜ਼ਰੂਰ ਜ਼ਰੂਰੀ ਏ। ਤੇ ਜੇਕਰ ਆਪਾਂ 13045 ਕਰਦੇ ਆਂ ਤੇ ਇਹਦੇ ਨਾਲ ਜਿਹੜਾ ਆਪਣਾ ਝੰਡੇ ਪੱਤੇ ਨੂੰ ਵੀ ਕਾਫੀ ਹੈਲਪ ਮਿਲਦੀ ਏ ਕਿਉਂਕਿ ਜਿਹੜਾ ਆਪਣਾ 13% ਨਾਈਟ੍ਰੋ ਹੋਣ ਦੇ ਕਾਰਨ ਜਿਹੜਾ ਇਹਦੇ ਵਿੱਚ ਕਲੋਰੋਫਿਲ ਦੀ ਮਾਤਰਾ ਵਧਦੀ ਏ ਇਹ ਜਿਸ ਨਾਲ ਆਪਣੀ ਦਾਣੇ ਦੀ ਸੰਖਿਆ ਵੀ ਜ਼ਿਆਦਾ ਆਪਣੀ ਦਾਣੇ ਜ਼ਿਆਦਾ ਮੋਟੇ ਚਮਕਦਾਰ ਬਣਦੇ ਨੇ। ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜੀ। ਬਾਕੀ ਬੋਰਨ ਤਦ ਦੀ ਸਪਰੇ ਆਪਾਂ ਅਨਸਾਰੇ ਤੋਂ ਪਹਿਲਾਂ ਪਹਿਲਾਂ ਹੀ ਕਰਨੀ ਏ। ਉਸ ਤੋਂ ਬਾਅਦ ਆਪਾਂ ਨੂੰ ਕੋਈ ਬਹੁਤਾ ਫੈਨੀਫਿਟ ਨਹੀਂ ਮਿਲਦਾ ਜੀ। ਧੰਨਵਾਦ।